ਤੋਂ ਦਵਾਈ ਰਾਜਾ ਹੋਸਪਿਟਲ ਤੋਂ 3-4 ਸਾਲਾਂ ਨੂੰ ਚੱਲਦੀ ਸੀਗੀ ਅਤੇ ਇਹਨਾਂ ਦਾ ਇਲਾਜ ਇੱਥੋਂ ਚੱਲਦਾ ਰਿਹਾ। ਵੈਸੇ ਹੁਣ ਅਸੀਂ ਦੁਬਾਰਾ ਫਿਰ ਦਿਖਾਉਣ ਇਹਨਾਂ ਨੂੰ ਆਏ ਸੀਗੇ। ਇਹਨਾਂ ਦੇ ਜਿੱਦਾਂ ਪੈਰ ਸੌਂ ਜਾਂਦੇ ਸੀਗੇ, ਚੱਲ ਨਹੀਂ ਸਕਦੇ ਸੀਗੇ, ਕਈ ਵਾਰੀ ਚੱਲਦੇ ਚੱਲਦੇ ਘਰ ਵਿੱਚ ਡਿੱਗ ਪੈਂਦੇ ਸੀਗੇ ਜੀ। ਅਤੇ ਹੁਣ 11 ਸਮੱਸਿਆ ਆ ਗਈ ਸੀਗੀ ਪਿੱਠ ਦੀ। ਹਾਂਜੀ ਹਾਂਜੀ ਹਾਂਜੀ, ਪਿੱਠ ਦੀ 11 ਸਮੱਸਿਆ ਆ ਗਈ ਸੀਗੀ। ਅਤੇ ਇਹਨਾਂ ਦੇ ਜਿੱਦਾਂ ਹੁਣ ਬਾਥਰੂਮ ਦਾ ਵੀ ਪਤਾ ਨਹੀਂ ਚੱਲਦਾ ਸੀਗਾ ਜੀ, ਲੈਟਰਿੰਗ ਦਾ ਵੀ ਨਹੀਂ ਪਤਾ ਲੱਗਦਾ ਸੀਗਾ। ਫਿਰ ਅਸੀਂ ਡਾਕਟਰ ਇਹਨਾਂ ਨੂੰ ਡਾਕਟਰ ਸਾਹਿਬ ਨੂੰ ਮਿਲਿਆ ਗਏ ਅਤੇ ਜਸਪ੍ਰੀਤ ਸਾਹਿਬ ਉਹਨਾਂ ਨੂੰ ਜੀ, ਇਹਨੀ ਸਾਡੇ MRI ਸਾਰੇ ਸਰੀਰ ਦੇ ਟੈਸਟ ਕਰਕੇ ਇਹਨੀ ਸਾਨੂੰ ਕਿਹਾ ਵੀ ਤੁਸੀਂ ਆਪਣੇ ਆਪਰੇਸ਼ਨ ਕਰਾਓ ਮਾਤਾ ਦਾ। ਹਾਂਜੀ ਹਾਂਜੀ, ਫਿਰ ਅਸੀਂ ਸੋਚਦੇ ਸੀ ਵੀ ਅਸੀਂ ਲੱਕ ਦਾ ਆਪਰੇਸ਼ਨ ਕਰਾਇਆ ਜੀ, ਰੀੜ੍ਹ ਦੀ ਹੱਡੀ ਦੀ ਨਾੜ ਦੀ ਵਿੱਚੋਂ ਦੱਬੀ ਹੋਈ ਜੀ, ਉਹਦੇ ਕਰਕੇ ਸਾਰਾ ਕਹਿੰਦੇ ਸਰਕਲ ਰੁਕਿਆ ਹੋਇਆ ਹੈ, ਵਿੱਚੇ ਗੋਡਿਆਂ ਦਾ ਵਿੱਚੇ ਕਿੱਦਾਂ ਪੈਰ ਸੌਂਦੇ ਸੀ ਇਹਨਾਂ ਦੇ। ਫਿਰ ਡਾਕਟਰ ਸਾਹਿਬ ਨੇ ਉਹ ਆਪਰੇਸ਼ਨ ਕੀਤਾ ਜੀ, ਆਪਰੇਸ਼ਨ ਕੀਤਾ ਤਾਂ ਆਪਰੇਸ਼ਨ ਬਹੁਤ ਵਧੀਆ ਹੋਇਆ ਜੀ, ਠੀਕ ਹੈ ਜੀ। ਇਹਨਾਂ ਦੀਆਂ ਲੱਤਾਂ ਦੀ ਗੋਡੇ ਜਿਹੜੇ ਦੁਖਦੇ ਸੀਗੇ, ਪੈਰ ਸੌਂ ਜਾਂਦੇ ਸੀਗੇ, ਉਹ ਮੰਨ ਲਓ ਸਰਕਲ ਐਨ ਸਾਰਾ ਸਹੀ ਹੋ ਗਿਆ ਜੀ। ਮੰਨ ਲਓ ਲੈਟਰਿੰਗ ਬਾਥਰੂਮ ਦਾ ਪਹਿਲਾਂ ਪਤਾ ਨਹੀਂ ਸੀ ਲੱਗਦਾ ਜੀ, ਲੈਟਰਿੰਗ ਬਾਥਰੂਮ ਵੀ ਐਨ ਸਹੀ ਹੋ ਗਿਆ ਜੀ। ਹਾਂਜੀ ਹਾਂਜੀ ਹਾਂਜੀ, ਇਹਨਾਂ ਦਾ ਡਾਕਟਰ ਸਾਹਿਬ ਦਾ ਜੀ, ਮੈਂ ਜਸਪ੍ਰੀਤ ਉਹਨਾਂ ਦਾ ਸਾਰੇ ਪੂਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ। ਇਹਨੀ ਸਾਡੀ ਮਾਤਾ ਦਾ ਇਲਾਜ ਬਹੁਤ ਵਧੀਆ ਕੀਤਾ, ਆਪਰੇਸ਼ਨ ਬਹੁਤ ਵਧੀਆ।